ਭਾਬੀ ਜੀ ਤੁਹਾਨੂੰ ਤਾਂ ਦਿਖਦਾ ਨਹੀਂ ਤੁਸੀਂ ਫੋਨ ਕਿਵੇਂ ਡਾਇਲ ਕਰ ਲਿਆ ਜੱਸੀ ਮੈਂ ਅੰਨੀ ਹੋਈ ਆ ਪਾਗਲ ਨਹੀਂ ਇੰਨਾ ਕ ਅੰਦਾਜ਼ਾ ਹੈ ਮੈਨੂੰ ਸੁਖੀ ਜੀ ਇੱਕ ਵਾਰ ਹੋਰ ਸੋਚ ਲਓ ਧਾਰਾ 307 ਦੇ ਤਹਿਤ ਜੱਸੀ ਜੀ ਨੂੰ 7 ਸਾਲ ਦੀ ਸਜ਼ਾ ਹੋ ਸਕਦੀ ਹੈ ਤੁਸੀਂ ਡਾਕਟਰ ਹੋ ਕਿ ਵਕੀਲ ਨਾ 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 ਵਕਾਲਤ ਤਾਂ ਮੈਂ ਪਾਰਟ ਟਾਈਮ ਕਰਦਾ ਭਾਬੀ ਜੀ ਪਲੀਜ਼ ਪੁਲਿਸ ਨੂੰ ਫੋਨ ਨਾ ਕਰੋ ਮੈਂ ਤੁਹਾਡੇ ਨਾਲ ਹੁਣ ਕਦੇ ਨਹੀਂ ਲੜੂੰਗੀ ਤੁਹਾਡੀ ਹਰ ਗੱਲ ਮੰਨੂੰਗੀ ਗੁੱਡ ਸੁਖੀ ਤੈਨੂੰ ਜੱਸੀ ਨੂੰ ਮਾਫ ਕਰ ਦੇਣਾ ਚਾਹੀਦਾ हां पापी जी जे जस्सी ਨੂੰ ਕੁਝ ਹੋ ਗਿਆ ਫਿਰ ਮੇਰਾ ਕੀ ਹੋਊਗਾ ਜੱਸੀ ਨੂੰ ਕੁਝ ਹੋਣਾ ਤੈਨੂੰ ਕੀ ਹੋਊਗਾ ਓਏ ਜੱਸੀ ਦੇ ਬਿਨਾ ਤੁਸੀਂ ਰਹਿ ਨਹੀਂ ਪਾਣਾ ਜੇ ਤੁਸੀਂ ਨਹੀਂ ਰਹੋਗੇ ਮੈਂ ਰਹੂੰਗਾ ਕਿੱਥੇ ਸੁਖੀ ਜੀ ਜੱਸੀ ਦਾ ਨਾਂ ਸਹੀ ਘੱਟੋ ਘੱਟ ਜੀਤ ਦਾ ਤਾਂ ਖਿਆਲ ਕਰੋ ਮੈਂ ਤੋਂ ਬਿਨਾ ਕੀ ਕਰੂੰਗੀ ਮਤਲਬ ਹੁਣੇ ਵਿੱਕੀ ਨੇ ਦੱਸਿਆ ਤਾਂ ਹੈ ਅਸੀਂ ਦੋਨੇ ਰਹਾਂਗੇ ਕਿੱਥੇ ਮੈਂ ਜੱਸੀ ਨੂੰ ਸਿਰਫ ਇੱਕ ਸ਼ਰਤ ਤੇ ਮਾਫ ਕਰ ਸਕਦੀ ਹਾਂ ਕਿਹੜੀ ਸ਼ਰਤ ਡਾਕਟਰ ਸਾਹਿਬ ਤੁਸੀਂ ਇੱਥੇ ਸਾਡੀਆਂ ਗੱਲਾਂ ਸੁਣਨ ਆਏ ਹੋ ਜਿਹੜੀਆਂ ਗੱਲਾਂ ਤੁਸੀਂ ਮੈਨੂੰ ਅੰਦਰ ਦੱਸਿਆ ਸੀ ਉਹ ਇਹਨਾਂ ਨੂੰ ਵੀ ਦੱਸੋ ਅਸਲ 'ਚ ਮੈਂ ਤੁਹਾਡੀ ਆਪਸੀ ਬਹਿਸ ਵਿੱਚ ਖੋ ਗਿਆ ਸੀ ਅਸਲ 'ਚ ਸੁੱਖੀ ਜੀ ਦਾ ਇੱਕ ਕੋਲਾਜਾ ਜੀ ਉਹ ਕੀ ਅੱਜ ਤੋਂ ਬਾਅਦ ਤੁਹਾਨੂੰ ਇਹਨਾਂ ਦਾ ਖਿਆਲ ਰੱਖਣਾ ਪਊਗਾ ਇਹਨਾਂ ਤੋਂ ਕੋਈ ਕੰਮ ਨਹੀਂ ਕਰਾਉਣਾ ਜੋ ਇਹ ਕਹਿਣਗੇ ਉਹ ਕਰਨਾ ਪਊਗਾ ਡਾਕਟਰ ਸਾਹਿਬ ਤੁਸੀਂ ਲੱਤਾਂ ਘੁੱਟਣ ਵਾਲੀ ਗੱਲ ਤੇ ਖਾਣ ਪੀਣ ਵਾਲੀ ਤਾਂ ਭੁੱਲ ਹੀ ਗਏ ਹਾਂ ਇਹਨਾਂ ਨੂੰ ਪ੍ਰੋਟੀਨ ਵਾਲੀਆਂ ਚੀਜ਼ਾਂ ਦੇਣੀਆਂ ਪੈਣਗੀਆਂ ਤੇ ਰਾਤ ਨੂੰ ਚੰਗੀ ਤਰ੍ਹਾਂ ਇਹਨਾਂ ਦੀਆਂ ਲੱਤਾਂ ਕੁੱਟਣੀਆਂ ਪੈਣਗੀਆਂ ਪਰ ਭਾਬੀ ਜੀ ਦੀਆਂ ਗਈਆਂ ਤੇ ਅੱਖਾਂ ਨੇ ਲੱਤਾਂ ਕੁੱਟਣ ਨਾਲ ਕੀ ਹੋ ਜੂ ਤੁਸੀਂ ਸੁਣਿਆ ਨੀ ਨੱਛਾ ਮੈਂ ਲੁਧਿਆਣੇ ਮੇਰੀ ਧਮਕ ਜਲੰਧਰ ਪੈਂਦੀ ਲੱਤਾਂ ਕੁੱਟਣ ਵਾਲੇ ਇਹਨਾਂ ਦੀਆਂ ਅੱਖਾਂ ਨੂੰ ਆਰਾਮ ਮਿਲੂਗਾ ਪਰ ਖਰਾਬ ਚੀਜ਼ ਨੂੰ ਆਰਾਮ ਦੇਣ ਦਾ ਕੀ ਫਾਇਦਾ ਲੱਗਦਾ ਮੈਨੂੰ ਪੁਲਿਸ ਨੂੰ ਫੋਨ ਮਿਲਾਉਣਾ ਹੀ ਪਊਗਾ ਨਹੀਂ ਨਹੀਂ ਭਾਬੀ ਜੀ ਫੋਨ ਨਾ ਲਾਇਓ ਵੀਰ ਜੀ ਹੈਗੇ ਨੇ ਨਾ ਉਹ ਤੁਹਾਡੀਆਂ ਲੱਤਾਂ ਕੁੱਟ ਦਿਆ ਕਰਨਗੇ ਜੱਸੀ ਮੈਂ ਜੀਤ ਤੋਂ ਨਹੀਂ ਤੇਰੇ ਤੋਂ ਲੱਤਾਂ ਕਟਾਉਣੀਆਂ ਨੇ ਤੇਰੇ ਕਰਕੇ ਮੇਰਾ ਆਹ ਹਾਲ ਹੋਇਆ ਮੇਰਾ ਖਿਆਲ ਵੀ ਹੁਣ ਤੂੰ ਹੀ ਰੱਖੇਂਗੀ ਪਰ ਮਿਲਾਵਾਂ ਫੋਨ ਨਹੀਂ ਨਹੀਂ ਭਾਬੀ ਜੀ ਤੁਸੀਂ ਜੋ ਕਹੋਗੇ ਮੈਂ ਉਹੀ ਕਰੂੰਗੀ ਸਿਰ ਤੋਂ ਲੈ ਕੇ ਪੈਰ ਤੱਕ ਜੇ ਤੁਸੀਂ ਕਹੋਗੇ ਨਾ ਮੈਂ ਗਲਾ ਵੀ ਕੁੱਟ ਦੂੰ ਕੀ ਕਿਹਾ ਮਤਲਬ ਮੈਂ ਤੁਹਾਡੀ ਖੂਬ ਸੇਵਾ ਕਰੂੰਗੀ ਦੇਖ ਸੁਖੀ ਮੇਰਾ ਮਤਲਬ ਸੁਣ ਸੁਖੀ ਜੱਸੀ ਨੇ ਤੇਰੇ ਲਈ ਤੇਰੀ ਫੇਵਰੇਟ ਕਾਲੀ ਦਾਲ ਬਣਾਈ ਆ ਮੇਰੀ ਤਾਂ ਦੁਨੀਆ ਹੀ ਕਾਲੀ ਹੋ ਗਈ ਜੀ ਹੁਣ ਭਾਵੇਂ ਕਾਲੀ ਦਾਲ ਬਣੇ ਭਾਵੇਂ ਗੋਰੀ ਕੋਈ ਫਰਕ ਨਹੀਂ ਪੈਂਦਾ ਫਰਕ ਪੈਂਦਾ ਭਾਬੀ ਜੀ ਕਾਲੀ ਦਾਲ ਦੇ ਪ੍ਰੋਟੀਨ ਨੇ ਇਹਨਾਂ ਤੁਹਾਡਾ ਫਾਇਦਾ ਨਹੀਂ ਕਰਨਾ ਜਿੰਨਾ ਉਹਦੇ ਕੋਲੇਸਟ੍ਰੋਲ ਨੇ ਤੁਹਾਡਾ ਨੁਕਸਾਨ ਕਰ ਦੇਣਾ ਵਿੱਕੀ ਤੇਰੇ ਬਟਨਾਂ ਲੱਗੇ ਨਾ ਲੱਗੇ ਤੂੰ ਆਪਣੇ ਭੂਆ ਦੇ ਮਹਿੰਦੀ ਨਹੀਂ ਲੱਗਣ ਦਿੰਦਾ ਹਾਲੇ ਤੱਕ ਪਰੌਂਠੇ ਨਹੀਂ ਆਏ ਜੱਸੀ ਜਾ ਪਰੌਂਠੇ ਲੈ ਕੇ ਆ ਲਿਆਈ ਵੀਰ ਜੀ ਮੱਖਣ ਐਕਸਟਰਾ ਤੰਗ ਕਰਕੇ ਰੱਖਿਆ ਹੋਇਆ ਭਾਬੀ ਜੀ ਨੇ ਫਿਰ ਮੈਨੂੰ ਇੱਕ ਗੱਲ ਨਹੀਂ ਸਮਝ ਲੱਗਦੀ ਟੇਬਲ ਤੇ ਸਿਰ ਵੱਜਣ ਨਾਲ ਬੰਦਾ ਅੰਨਾ ਕਿਵੇਂ ਹੋ ਸਕਦਾ ਨਾ ਹੁਣ ਤੂੰ ਕੀ ਚਾਹੁੰਦੀ ਹੈ ਮੈਂ ਛੱਤ ਤੋਂ ਛਾਲ ਮਾਰਾਂ ਨਹੀਂ ਨਹੀਂ ਭਾਬੀ ਜੀ ਮੇਰਾ ਉਹ ਮਤਲਬ ਨਹੀਂ ਸੀ ਮੇਰਾ ਮਤਲਬ ਇਹ ਸੀ ਕਿਤੇ ਤੁਹਾਡੀਆਂ ਅੱਖਾਂ 'ਚ ਮਿੱਟੀ ਤਾਂ ਨਹੀਂ ਪੈ ਗਈ ਅੱਛਾ ਤੂੰ ਕਹਿ ਰਹੀ ਹੈ ਵੀ ਮੈਂ ਤੁਹਾਡੀਆਂ ਅੱਖਾਂ 'ਚ ਮਿੱਟੀ ਪਾ ਰਹੀ ਹਾਂ ਇਹ ਸੁਖੀ ਤੂੰ ਟੈਨਸ਼ਨ ਨਾ ਲੈ ਪਰੌਂਠੇ ਖਾ